ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਅਮਰਿਤਪਾਲ ਸਿੰਘ ਦੇ ਖਿਲਾਫ ਪੁਲਿਸ ਦੀ ਕਾਰਵਾਈ ਹੈ ਜਿਹੜੀ ਉਹ ਲਗਾਤਾਰ ਚੱਲ ਰਹੀ ਹੈ ਸੋਮਵਾਰ ਨੂੰ ਇਸ ਕਾਰਵਾਈ ਦਾ 10ਵਾਂ ਦਿਨ ਰਿਹਾ। ਸ਼੍ਰੀ ਅਕਾਲ ਤਖਤ ਸਾਹਿਬ ਤੇ ਇਸ ਮਸਲੇ ਨੂੰ ਲੈ ਕੇ ਅਹਿਮ ਮੀਟਿੰਗ ਹੋਈ ਹੈ। 18 ਮਾਰਚ ਨੂੰ ਜਿਹੜੀ ਕਾਰਵਾਈ ਸ਼ੁਰੂ ਕੀਤੀ ਗਈ ਸੀ ਅਮਰਿਤਪਾਲ ਸਿੰਘ ਦੇ ਖਿਲਾਫ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਜਾਰੀ ਹੈ ਤੇ ਪੁਲਿਸ ਲਗਾਤਾਰੇ ਦਾਅਵਾ ਕਰ ਰਹੀ ਹੈ ਕਿ ਅਮਰਿਤਪਾਲ ਸਿੰਘ ਫਰਾਰ ਹੈ। ਤੇ ਅਮਰਿਤਪਾਲ ਸਿੰਘ ਤੇ ਸਾਥੀਆਂ ਦੀ ਫੜੋ ਫੜਾਈ ਦੇ ਮਾਮਲੇ ਦੇ ਵਿੱਚ ਤੇ ਹੋਰ ਸਿੱਖ ਨੌਜਵਾਨਾਂ ਨੂੰ ਫੜ ਫੜ ਕੇ ਜੇਲ੍ਹਾਂ ਦੇ ਵਿੱਚ ਡੱਕਣ ਦੇ ਮਾਮਲੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਕੀਤੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਸਿੱਖ ਵਿਦਵਾਨਾਂ ਵਕੀਲਾਂ ਪੱਤਰਕਾਰਾਂ ਤੇ ਹੋਰ ਪੰਥਕ ਲੀਡਰਾਂ ਦੇ ਨਾਲ ਖੁੱਲੀ ਚਰਚਾ ਕੀਤੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਸੱਦੇ ਇਸ ਪੰਥਕ ਇਕੱਠ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਵੱਡੀ ਮੁਸੀਬਤ ਦੇ ਵਿੱਚ ਪਾ ਦਿੱਤਾ ਕਿਉਂਕਿ ਅਕਾਲ ਤਖਤ ਸਾਹਿਬ ਤੋਂ 24 ਘੰਟੇ ਦਾ ਅਲਟੀਮੇਟ ਸਰਕਾਰ ਨੂੰ ਦਿੱਤਾ ਗਿਆ ਹੈ ਕਿ ਜੇ ਸਰਕਾਰ ਨੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਬੇਕਸੂਰ ਨੌਜਵਾਨ ਨੇ ਉਹਨਾਂ ਨੂੰ ਰਿਹਾਨ ਨਾ ਕੀਤਾ ਤਾਂ ਖਾਲਸਾ ਪੰਥ ਦੇ ਵੱਲੋਂ ਵੱਡੀ ਪੰਥਕ ਵਹੀਰ ਸ਼ੁਰੂ ਕੀਤੀ ਜਾਏਗੀ ਜੋ ਕਿ ਲੋਕਾਂ ਵਿੱਚ ਸਰਕਾਰ ਦੇ ਸਿੱਖ ਵਿਰੋਧੀ ਚਿਹਰੇ ਨੂੰ ਨੰਗਾ ਕਰੇਗੀ ਇਸ ਮੀਟਿੰਗ ਵਿੱਚ 60 ਤੋਂ 70 ਸਿੱਖ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਗਿਆ ਸੀ ਇਹਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਪਹੁੰਚੇ ਸਨ ਇੱਕ ਖਾਸ ਤੌਰ ਤੇ ਦੇਖਣਯੋਗ ਗੱਲ ਰਹੀ ਤੇ ਐਚਐਸਜੀਪੀਸੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵੀ ਪਹੁੰਚੇ ਸਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਦੀ ਸਾਖ ਨੂੰ ਖੋਰਾ ਲਾਉਣ ਅਤੇ ਸਿੱਖਾਂ ਦੇ ਵਿਰੁੱਧ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਠੱਲ ਪਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਕਮੇਟੀ ਨੂੰ ਵੀ ਖਾਸ ਹਦਾਇਤ ਜਾਰੀ ਕੀਤੀ ਕਿ ਉਹ ਅਜਿਹੇ ਚannelsਾਂ ਅਤੇ ਮੀਡੀਆ ਆਧਾਰਿਆਂ ਦੇ ਖਿਲਾਫ ਕਾਰਵਾਈ ਕਰਨ ਜੋ ਸਿੱਖਾਂ ਨੂੰ ਬਦਨਾਮ ਕਰ ਰਹੇ ਨੇ ਇਸ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਵੀ ਆਪੋ ਆਪਣੇ ਵਿਚਾਰ ਦਿੱਤੇ ਤੇ ਇੱਕ ਅਹਿਮ ਗੱਲ ਇਹ ਵੀ ਖਾਸ ਜਿਹੜੀ ਨੋਟ ਕਰਨ ਵਾਲੀ ਸੀ ਕਿ ਇਸ ਸੰਮਤ ਇਕੱਠ ਦੇ ਵਿੱਚ ਕਿਸੇ ਵੀ ਸਿਆਸੀ ਲੀਡਰ ਨੂੰ ਸਿਆਸੀ ਪਾਰਟੀ ਦੇ ਪ੍ਰਤੀਨਿਧ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ ਤੇ ਅਕਾਲ ਤਖਤ ਸਾਹਿਬ ਵਿਖੇ ਅਜਿਹੇ ਲੋਕ ਵੀ ਪਹੁੰਚੇ ਹੋਏ ਸਨ ਇਸ ਇਕੱਤਰਦਾ ਦੇ ਵਿੱਚ ਜਿਨ੍ਹਾਂ ਦੇ ਬੱਚੇ ਜਾਂ ਰਿਸ਼ਤੇਦਾਰ ਪੁਲਿਸ ਨੇ ਹਿਰਾਸਤ ਵਿੱਚ ਲਏ ਹੋਏ ਸਨ ਉਹਨਾਂ ਨੇ ਵੀ ਜਥੇਦਾਰ ਦੇ ਸੰਮੁਖ ਆਪਣੀ ਗੱਲ ਰੱਖੀ ਅੱਜ ਦਾ ਇਹ ਇਕੱਠ ਸ੍ਰੀ ਅਕਾਲ ਤੱਕ ਸਹਿਬ ਤੋਂ ਇਹ ਐਲਾਨ ਕਰਦਾ ਹੈ ਕਿ ਜਿਹੜੇ ਬੇਕਸੂਰ ਨੌਜਵਾਨ ਪਕੜੇ ਨੇ ਅਸੀਂ ਉਹਨਾਂ ਦੇ ਨਾਲ ਆ 100% ਕੋਈ ਇਹ ਨਾ ਸਮਝੇ ਵੀ ਪਤਾ ਨਹੀਂ ਨਾਲ ਹੈਗੇ ਆ ਕਿ ਨਹੀਂ ਹੈਗੇ ਨਹੀਂ ਹੈਗੇ ਅਸੀਂ ਉਹਨਾਂ ਦੇ ਨਾਲ ਆ ਜਿਹੜੇ ਬੇਕਸੂਰ ਨੌਜਵਾਨ ਸਾਡੇ ਫੜੇ ਨੇ ਅਸੀਂ ਉਹਨਾਂ ਦੇ 100% ਨਾਲ ਆ ਔਰ ਸਰਕਾਰ ਨੂੰ ਅਸੀਂ ਇਹ ਤਾੜਨਾ ਕਰਦੇ ਆ ਕਿ 24 ਘੰਟਿਆਂ ਦੇ ਅੰਦਰ ਅੰਦਰ ਸਾਡੇ ਮੁੰਡੇ ਛੱਡੇ ਜਾਣ ਗਿਆਨੀ ਹਰਪ੍ਰੀਤ ਸਿੰਘ মিডিਆ ਤੇ ਕਾਫੀ ਭਖਦੇ ਹੋਏ ਦਿਖਾਏ ਦਿੱਤੇ ਕਿ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਕੌਮੀ মিডিਆ ਨੇ ਆਪਣਾ ਬਹੁਤ ਹੀ ਜਿਹੜਾ ਹੈਗਾ ਖਿਣਾਉਣਾ ਰੋਲ ਨਿਭਾਇਆ ਹੈ ਉਸ ਤੋਂ ਗਿਆਨੀ ਹਰਪ੍ਰੀਤ ਸਿੰਘ ਕਾਫੀ ਨਰਾਜ਼ ਨੇ ਉਹਨਾਂ ਨੇ ਐਸਜੀਪੀਸੀ ਨੂੰ ਸਖਤ ਨਿਰਦੇਸ਼ ਦਿੱਤੇ ਨੇ ਕਿ ਇਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰੋ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਕਿਹਾ ਕਿ ਸਿੱਖਾਂ ਨੂੰ ਬਦਨਾਮ ਕਰਨ ਵਾਲੇ ਚਾਲਾਂ ਦੇ ਖਿਲਾਫ ਕ੍ਰਿਮਿਨਲ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਕਿਸਾਨੀ ਅੰਦੋਲਨ ਵਿਲੇ ਜਦੋਂ ਲਾਲ ਕਿਲੇ ਤੇ ਸਿੱਖ ਪਹੁੰਚੇ ਸਨ ਤਾਂ ਇੱਕ ਮੰਦਰ ਦੀ ਝਾਕੀ ਨੂੰ ਨੁਕਸਾਨ ਹੋਇਆ ਸੀ ਤਾਂ ਵੀ ਨੈਸ਼ਨਲ ਮੀਡੀਆ ਨੇ ਰੌਲਾ ਪਾਇਆ ਸੀ ਕਿ ਸਿੱਖਾਂ ਨੇ ਤੋੜਿਆ ਜਾਣ ਬੁਝਕੇ ਬਦਨਾਮ ਕੀਤਾ ਸੀ ਇਦੇ ਨਾਲ ਹੀ ਜਥੇਦਾਰ ਨੇ ਕਿਹਾ ਕਿ ਮੈਂ 2 ਦਿਨ ਪਹਿਲਾਂ ਕਿਹਾ ਸੀ ਕਿ ਅਮਰਿਤਪਾਲ ਸਿੰਘ ਬਾਰੇ ਸਰਕਾਰ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਜੇ ਅਮਰਿਤਪਾਲ ਬਾਹਰ ਹੈ ਤਾਂ ਉਸ ਨੂੰ ਸਰੈਂਡਰ ਕਰਨਾ ਚਾਹੀਦਾ ਹੈ ਤੇ ਜੇ ਅਮਰਿਤਪਾਲ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਸਰਕਾਰ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਜਥੇਦਾਰ ਨੇ ਰੋਸਅਛਤਾਇਆ ਕਿ ਮੀਡੀਆ ਨੇ ਮੇਰੀ ਗੱਲ ਨੂੰ ਵੀ ਤੋੜ ਮੋੜ ਕੇ ਪੇਸ਼ ਕਰ ਦਿੱਤਾ ਉਹਨਾਂ ਨੇ ਸਿਰਫ ਇੰਨੀ ਗੱਲ ਰੱਖੀ ਕਿ ਅਮਰਿਤਪਾਲ ਸਿੰਘ ਸਰੈਂਡਰ ਕਰੇ ਕਹਿੰਦੇ ਹੈਡਲਾਈਨ ਦੇ ਜ਼ਰੀਏ ਲੋਕਾਂ ਨੂੰ ਗਲਤ ਸੁਨੇਹਾ ਦਿੱਤਾ ਗਿਆ ਤੇ ਦੂਸਰੀ ਗੱਲ ਇਹ ਗਲਤ ਹੋਈ ਕਿ ਜਿਹੜੇ ਸਾਡੇ ਸਿੱਖ ਨੌਜਵਾਨ ਚੈਨਲ ਚਲਾ ਰਹੇ ਨੇ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਇਸ ਦੇ ਪਿੱਛੇ ਵੀ ਕਹਿੰਦੇ ਸੋਚੀ ਸਮਝੀ ਚਾਲ ਹੈ ਤਾਂ ਜੋ ਸਿੱਖਾਂ ਦੇ ਖਿਲਾਫ ਨੈਰੇਟਿਵ ਹੈ ਜਿਹੜਾ ਗਲਤ ਨੈਰੇਟਿਵ ਸਿਰਜਿਆ ਜਾਵੇ ਤੇ ਇਹ ਜਿਹੜਾ ਹੈਗਾ ਉਹਨਾਂ ਨੇ ਦੱਸਿਆ ਕਿ 100 ਤੋਂ ਵੱਧ ਫੇਸਬੁੱਕ ਪੇਜਾਂ ਤੇ ਚੈਨਲਾਂ ਨੂੰ ਬੰਦ ਕੀਤਾ ਗਿਆ ਸਾਡੇ ਕੋਲ ਪੁਖਤਾ ਜਾਣਕਾਰੀ ਹੈ ਜਹਾਂ ਨਹੀਂ ਹੋਣਾ ਚਾਹੀਦਾ ਸੀ ਜਿਹੜਾ ਵਰਤਾਂਤ ਸਿਰਜ ਰਿਹਾ ਹੈ ਨੈਸ਼ਨਲ ਮੀਡੀਆ ਮੈਂ ਪਹਿਲੇ ਕਹਿੰਦਾ ਕਿ ਹਦੇਸ਼ਾ ਸਾਡੀਆਂ ਸੰਸਥਾਵਾਂ ਨੂੰ ਕਿ ਉਹਨਾਂ ਮੀਡੀਆ ਜਿਹੜੇ ਚੈਨਲਸ ਨੇ ਉਹਨਾਂ ਨੂੰ ਕੋਰਟ ਦੇ ਵਿੱਚ ਘੜੀਸਿਆ ਜਾਵੇ ਤੇ ਭਾਰਤ ਸਰਕਾਰ ਨੂੰ ਵੀ ਅੱਜ ਦਾ ਇਹ ਇਕੱਠ ਕਹਿਣਾ ਚਾਹਣਾ ਹੈ ਕਿ ਇਹ ਗੰਦੀ ਖੇਡ ਜਿਹੜੀ ਹੈ ਉਹ ਬੰਦ ਕਰੇ ਸਿੱਖਾਂ ਨੂੰ ਵੱਖਵਾਦੀ ਆਤਵਾਦੀ ਕੰਨਾਲੀ ਇਹਦਾ ਕੋਈ ਫਾਇਦਾ ਵੀ ਨਹੀਂ ਨਿਕਲਣਾ ਜੇ ਸਾਨੂੰ ਫਾਇਦਾ ਨਹੀਂ ਤਾਂ ਤੁਹਾਨੂੰ ਵੀ ਫਾਇਦਾ ਨਹੀਂ ਨਿਕਲਣਾ ਹੈ ਇਹ ਗੱਲ ਛੇਤੇ ਰੱਖਿਓ ਜਾਈ ਤੇ ਜਿਹੜੇ ਕਾਲੇ ਕੂਦੂ ਪੰਜਾਬ 'ਚ ਲਾਗੂ ਕੀਤੇ ਨੇ ਸਾਡੇ ਮੁੰਡਿਆਂ ਦੇ ਇਹਨਾਂ ਨੂੰ ਤੁਰੰਤ ਪ੍ਰਭਾਵੀ ਜਿਹੜਾ ਹੈ ਉਹ ਹਟਾਇਆ ਜਾਵੇ ਅਕਾਲ ਤੱਕ ਸਭ ਤੇ ਹੋਏ ਇਸ ਇਕੱਠ ਤੋਂ ਬਾਅਦ মিডিਆ ਨੂੰ ਜਾਣਕਾਰੀ ਦਿੰਦੇ ਐਸਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਹੋਰ ਲੀਡਰਾਂ ਨੇ ਦੱਸਿਆ ਕਿ ਸਿੱਖ ਜਥੇਬੰਦੀਆਂ ਨੇ ਇੱਕ ਸੁਰ ਹੋ ਕੇ ਪ੍ਰੋਗਰਾਮ ਤੈਅ ਕੀਤਾ ਹੈ। ਗ੍ਰਿਫਤਾਰ ਕੀਤੇ ਬੇਕਸੂਰ ਨੌਜਵਾਨਾਂ ਦੀ ਰਿਹਾਈ ਲਈ 24 ਘੰਟੇ ਦਾ ਅਲਟੀਮੇਟਮ ਦਿੱਤਾ ਹੈ। ਜੇ ਅਮਰਿਤਪਾਲ ਪੁਲਿਸ ਕੋਲੇ ਆ ਤਾਂ ਪੰਜਾਬ ਸਰਕਾਰ ਸਪਸ਼ਟ ਕਰੇ ਜੇ ਅਮਰਿਤਪਾਲ ਪੁਲਿਸ ਕੋਲ ਨਹੀਂ ਹੈ ਤਾਂ ਅਮਰਿਤਪਾਲ ਵੀ ਸਪਸ਼ਟ ਕਰੇ। ਮੰਗਾ ਨਾਮ ਮੰਨੇ ਜਾਣ ਤੇ ਅਕਾਲ ਤੱਕ ਸਭ ਤੋਂ ਸਾਂਝੀ ਵਹਿਰ ਕੱਢੀ ਜਾਏਗੀ। ਗ੍ਰਿਫਤਾਰ ਕੀਤੇ ਸਾਰੇ ਨੌਜਵਾਨਾਂ ਦੀ ਮੁਫਤ ਕਾਨੂੰਨੀ ਸਹਾਇਤਾ ਲਈ ਐਸਪੀਸੀ ਵੱਲੋਂ ਵਕੀਲਾਂ ਦੇ ਪੈਨਲ ਦਾ ਗਠਨ ਕੀਤਾ ਜਾਵੇਗਾ ਜੇ ਕਿਸੇ ਨੇ ਵਕੀਲ ਕਰ ਰੱਖਿਆ ਤਾਂ ਉਹਦੀ ਫੀਸ ਐਸਜੀਪੀਸੀ ਦੇਵੇਗੀ ਜਿਹੜੇ ਨੌਜਵਾਨਾਂ ਤੇ ਐਨਐਸਏ ਲਾਇਆ ਗਿਆ ਉਸ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾਏਗੀ ਅਤੇ ਹੋਰ ਵੀ ਜੜੀਆਂ ਜ਼ਰੂਰੀ ਗੱਲਾਂ ਨੇ ਉਹ ਵੀ ਇਸ ਇਕੱਠ ਦੇ ਵਿੱਚ ਤੈਅ ਕੀਤੀਆਂ ਗਈਆਂ ਨੇ 24 ਘੰਟੇ ਦਾ ਸਰਕਾਰ ਨੂੰ ਨੋਟਿਸ ਦਿੱਤਾ ਕਿ ਜਿੰਨੇ ਵੀ ਫੜੇ ਆ ਉਹ ਸਾਰੇ 24 ਘੰਟਿਆਂ ਵਿੱਚ ਰਿਹਾ ਕੀਤੇ ਜਾਣ ਜੇ ਨਹੀਂ ਰਿਹਾ ਕੀਤੇ ਜਾਂਦੇ ਫਿਰ ਉਹਦਾ ਅਗਲਾ ਕਦਮ ਜਿਹੜਾ ਆ ਉਹ ਲੋਕਾਂ ਦੀਆਂ ਫਿਰ ਸਥਾਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੱਖ-ਵੱਖ ਵਹੀਰਾਂ ਬਣਾ ਕੇ ਉਹਦਾ ਫਿਰ ਉਹ ਪ੍ਰਚਾਰ ਨਹੀਂ ਨਹੀਂ ਕੀਤਾ ਜਾਊਗਾ ਉਹ ਨੈਸ਼ਨਲ ਮੀਡੀਆ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਬਦਨਾਮੀ ਕੀਤੀ ਸਿੱਖਾਂ ਦੀ ਆਨ ਤੇ ਸ਼ਾਨ ਨੂੰ ਢਾਹ ਲਾਈ ਆ ਉਹ ਵੀ ਸਿੰਘ ਸਾਹਿਬ ਨੇ ਹਦੇਸ਼ ਕੀਤਾ ਕਿ ਉਹ ਉਹ ਨੈਸ਼ਨਲ ਚੈਨਲ ਜਿਨ੍ਹਾਂ ਨੇ ਇਸ ਗੱਲ ਨੂੰ ਬਦਾ ਚੜਾ ਕੇ ਸਿੱਖਾਂ ਨੂੰ ਦੇਸ਼ ਤੇ ਵਿਦੇਸ਼ ਤੇ ਸਮੁੱਚੀ ਦੁਨੀਆ ਦੇ ਵਿੱਚ ਇੱਕ ਬਨਾਮ ਕਰਨ ਦਾ ਯਤਨ ਕੀਤਾ ਉਹ ਵੀ ਜਿਹੜਾ ਆ ਉਹਨਾਂ ਦੇ ਉੱਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਾਨੂੰਨੀ ਕਾਰਵਾਈ ਜੇ ਕ੍ਰਿਮੀਨਲ ਕੰਪਲੇਂਟਸ ਵੀ ਪਾਉਣੀਆਂ ਪਈਆਂ ਹੋਰ ਵੀ ਚਾਰਾ ਜੋਰੀ ਕਰਨੀ ਪਈ ਉਹ ਵੀ ਉਹਨੇ ਸਾਰਾ ਆਦੇਸ਼ ਕੀਤਾ ਜਿਹੜੇ ਖਾਲਸਾਈ ਨਿਸ਼ਾਨਾ ਬਾਰੇ ਕਹਿੰਦੇ ਗਲਤ ਪ੍ਰਚਾਰ ਕੀਤਾ ਗਿਆ ਉਹਨਾਂ ਨੂੰ ਸਿੱਖ ਆਪੋ ਆਪਣੇ ਘਰਾਂ ਤੇ ਚਲਾਉਣ ਦਾ ਦਰਸ ਪਿਛਲੇ ਦਿਨੀ ਖੰਨਾ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤਾਂ ਦਾਵਾ ਕੀਤਾ ਸੀ ਕਿ ਖਾਲਿਸਤਾਨ ਇੱਕ ਵੱਖਰਾ ਮੁਲਕ ਬਣਾਉਣ ਨੂੰ ਲੈ ਕੇ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਗੋਰਖਾ ਬਾਬਾ ਉਸ ਦੇ ਕੋਲੋਂ ਕਾਫੀ ਕੁਝ ਮਿਲਿਆ ਹੈ ਸਟੈਂਪ ਮਿਲੀ ਹੈ ਤੇ ਝੰਡਾ ਵੀ ਮਿਲਿਆ ਹੈ ਕਿ ਖਾਲਿਸਤਾਨ ਦਾ ਝੰਡਾ ਇਹਨਾਂ ਨੇ ਤਿਆਰ ਕਰਕੇ ਛਪਵਾ ਕੇ ਆਪਣੇ ਕੋਲ ਬਣਾ ਕੇ ਰੱਖਿਆ ਸੀ ਜਦ ਕਿ ਜਦੋਂ ਪੜਤਾਲ ਕੀਤੀ ਗਈ ਤਾਂ ਉਹ ਝੰਡਾ ਸ਼ੇਰ-ਏ-ਪੰਜਾਬ ਦਾ ਦਾ ਰنجਜੀਤ ਸਿੰਘ ਵੇਲੇ ਦਾ ਸੀ ਖਾਲਸਾ ਰਾਜ ਦਾ ਝੰਡਾ ਸੀ ਉਸੇ ਝੰਡੇ ਨੂੰ ਜਥੇਦਾਰ ਨੇ ਸਿੱਖਾਂ ਨੂੰ ਆਪਣੇ ਘਰਾਂ ਤੇ ਚੁਲਾਉਣ ਦੇ ਲਈ ਕਿਹਾ ਹੈ ਇਸ ਦੇ ਨਾਲ ਹੀ ਇਹ ਵੀ ਤੈਅ ਕੀਤਾ ਗਿਆ ਕਿ ਹਰੀ ਕੇ ਪਤਨ ਤੇ ਜਿਹੜਾ ਧਰਨਾ ਲੱਗਿਆ ਸੀ ਜਿਸ ਨੂੰ ਪੁਲਿਸ ਨੇ ਤੜਕੇ ਤੜਕੇ ਜਾ ਕੇ ਚੁਕਵਾ ਦਿੱਤਾ ਸੀ ਉਸ ਤਰ੍ਹਾਂ ਜ਼ਬਤ ਕੀਤੀਆਂ ਗਈਆਂ ਗੱਡੀਆਂ ਤੇ ਹੋਰ ਵਾਹਨ ਪੁਲਿਸ ਵਾਪਸ ਕਰੇ ਅਤੇ ਭੰਨ ਤੋੜ ਜਿਨ੍ਹਾਂ ਨੇ ਕੀਤੀ ਗੱਡੀਆਂ ਦੀ ਉਹਨਾਂ ਦੇ ਖਿਲਾਫ ਵੀ ਐਸసీపీਸੀ ਪਰਚਾ ਦਰਜ ਕਰਵਾਏਗੀ ਜਿਹੜੀਆਂ ਸਾਡੀਆਂ ਗੱਡੀਆਂ ਮੋਟਰਸਾਈਕਲ ਚਲੋ ਅਸੀਂ ਮੁਆਵਜ਼ਾ ਨਹੀਂ ਮੰਗਦੇ ਸਰਕਾਰ ਤੋਂ ਕਿ ਉਹ ਟਟਗੀਆਂ ਤੇ ਉਹਨਾਂ ਨੂੰ ਠੀਕ ਕਰਾ ਕੇ ਦਿਓ ਸਾਡੇ ਕੋਲ ਬੈਠੇ ਨੇ ਪਰ ਜਿਸ ਨੂੰ ਟਾਡੀ ਵਰਗੇ ਇੰਗਲੈਂਡ ਦੀ ਸੰਗਤ ਬੈਠੀ ਹੈ ਕੈਨੇਡਾ ਦੀ ਸੰਗਤ ਬੈਠੀ ਹੈ ਠੀਕ ਅਸੀਂ ਆਪੇ ਕਰਾ ਲਾਂਗੇ ਪਰ ਸਾਡੀਆਂ ਗੱਡੀਆਂ ਰਿਲੀਜ਼ ਕੀਤੀਆਂ ਜਾਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀਆਂ ਸੁਸਤਾਵਾਂ ਨੂੰ ਇਹ আਦੇਸ਼ੀ ਹੈ ਇਸ ਪੰਥਕ ਇਕੱਠ ਦਾ ਕਿ ਕੋਰਟ ਦੇ ਵਿੱਚ ਉਹਨਾਂ ਅਫਸਰਾਂ ਦੀ ਜਵਾਬਤਦਾਰੀ ਕੀਤੀ ਜਾਏ ਜਿਨ੍ਹਾਂ ਨੇ ਗੱਡੀਆਂ ਪੰਨੀਆਂ ਨੇ ਗੱਡੀਆਂ ਕਿਉਂ ਬੰਨੀਆਂ ਨੇ ਇਸ ਮੁੱਦੇ ਤੇ ਅਹਿਮ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਥੇਦਾਰ ਪਹੁੰਚੇ ਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਨੇ ਅੰਮ੍ਰਿਤਪਾਲ ਰਹਾ ਕਰੋ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਾਏ ਕਈ ਪੰਥਕ ਜਥੇਬੰਦੀਆਂ ਦੇ ਆਗੂ ਤੇ ਕਾਰਕੁਨ ਵੀ ਇਸ ਬੈਠਕ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ ਪਰ ਉਹਨਾਂ ਨੂੰ ਬਾਹਰ ਹੀ ਰੋਕ ਦਿੱਤਾ ਗਿਆ ਜਿਸ ਕਰਕੇ ਉਹ ਨਿਰਾਸ਼ ਵੀ ਲਿਖੇ ਇੱਥੇ ਪਹੁੰਚੇ ਸੰਗਤਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਵੀ ਸ਼ਾਮਲ ਸਨ ਸਭ ਦਾ ਇਲਜ਼ਾਮ ਸੀ ਕਿ ਅੰਮ੍ਰਿਤਪਾਲ ਖਿਲਾਫ ਕਾਰਵਾਈ ਦੇ ਬਹਾਨੇ ਪੁਲਿਸ ਸਿੱਖ ਨੌਜਵਾਨਾਂ ਨੂੰ ਨਜਾਇਜ਼ ਚੁੱਕ ਰਹੀ ਹੈ ਲੋਕ ਸਿੰਘਾਂ ਦੇ ਨਾਲ-ਨਾਲ ਅਮਰਿਤਪਾਲ ਸਿੰਘ ਦੀ ਰਿਹਾਈ ਦੀ ਵੀ ਮੰਗ ਕੀਤੀ ਸੰਗਤਾ ਨੇ ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਵੀ ਨਾਅਰੇ ਲਾਇਆ ਮਾਨਸਾ ਤੋਂ ਪਹੁੰਚੀ ਬੀਬੀ ਪਰਮਜੀਤ ਕਰਨੇ ਕਿਹਾ ਕਿ ਅਕਾਲ ਤਖਤ ਸਾਬ ਤੋਂ ਬਹੁਤ ਆਸਾਨ ਹੈ ਅਸੀਂ ਕਿਸੇ ਵੀ ਸਰਕਾਰ ਮੌਕੇ ਜਿਹਾ ਮਾਹੌਲ ਨਹੀਂ ਦੇਖਿਆ ਜਿਹੜਾ ਕਿ ਹੁਣ ਬਣਿਆ ਹੋਇਆ ਇੱਕ ਹੋਰ ਸਿੱਖ ਬੀਬੀ ਨੇ ਕਿਹਾ ਕਿ ਅਕਾਲ ਤਖਤ ਸਾਬ ਤੇ ਹੋ ਰਹੀ ਮੀਟਿੰਗ ਦੇ ਵਿੱਚ ਜੇ ਕੋਈ ਟੁਕਮਾ ਫੈਸਲਾ ਨਾ ਲੈ ਗਿਆ ਤਾਂ ਅਸੀਂ ਸੜਕਾਂ ਤੇ ਉਤਰਾਂਗੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗੜੀਵਾਲ ਨੇ ਕਿਹਾ ਕਿ ਖਾਲਿਸਤਾਨ ਦੇ ਨਾਮ ਤੇ ਸਿੱਖਾਂ ਨੂੰ ਬਦਨਾਮ ਕੀਤਾ ਨਹੀਂ ਹੈ ਆਏ ਆ ਜਿਹੜੀ ਅੱਜ ਦੀ ਮੀਟਿੰਗ ਆ ਵੀ ਇਹਨੇ ਆਏ ਕੀ ਕਹਿੰਦੇ ਆ ਜਿਹੜੀਆਂ ਗੁਪਤ ਮੀਟਿੰਗਾਂ ਇਹਨਾਂ ਦੇ ਵਿੱਚੋਂ ਕੁਝ ਨਹੀਂ ਲੱਭਦਾ ਹੁੰਦਾ ਸਾਡੀ ਮੰਗ ਆ 11 ਦੀ 11 ਦਾ ਇਨਸਾਫ ਮੰਗਦੇ ਮੰਗਦੇ ਅਸੀਂ 200 ਫੜਾ ਲਿਆ ਕਾਹਦਾ ਇਨਸਾਫ ਸਾਨੂੰ 11 ਕਿੱਥੋਂ ਆਉਣੇ ਸਾਡੇ ਦੇ ਸਾਰੇ ਚੁੱਕੀ ਜਾਂਦੇ ਆ ਸ਼੍ਰੀ ਕਾਲ ਤਖਤ ਸਹਿ ਵਿਖੇ ਹੋਏ ਇਸ ਇਕੱਠ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਉਸ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਤੁਰੰਤ ਜਵਾਬ ਦੇ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਪੰਜਾਬ ਦੇ ਡੀਜੀਪੀ ਨੂੰ ਸਖਤ ਹੁਕਮ ਦਿੱਤੇ ਨੇ ਕਾਨੂੰਨ ਮੁਤਾਬਿਕ ਸਾਰੀ ਕਾਰਵਾਈ ਚੱਲ ਰਹੀ ਹੈ ਨਾਲ ਹੀ ਉਹਨਾਂ ਨੇ ਫਿਰ ਦੁਹਰਾਇਆ ਕਿ ਜੇ ਕੋਈ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰੇਗਾ ਉਸ ਦੇ ਖਿਲਾਫ ਕਾਨੂੰਨ ਮੁਤਾਬਿਕ ਹੀ ਕਾਰਵਾਈ ਹੋਏਗੀ ਏਡੀਜੀਪੀ ਸਿਕਿਉਰਿਟੀ ਤੇ ਡੀਜੀਪੀ ਨੂੰ ਕਹਿ ਦਿੱਤਾ ਹੈ ਕਿ ਗ੍ਰਿਫਤਾਰ ਕੀਤੇ ਲੋਕਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇ ਜਿਹੜਾ ਬੇਕਸੂਰ ਹੈ ਉਸ ਨੂੰ ਰਹਾ ਕੀਤਾ ਜਾਵੇ ਜਿਸ ਦੇ ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਹੱਥ ਨਹੀਂ ਹਨ ਉਹਨਾਂ ਨੂੰ ਤੁਰੰਤ ਰਹਾ ਕਰ ਦਿੱਤਾ ਜਾਵੇ ਮੁੱਖ ਮੰਤਰੀ ਨੇ ਦਾਵਾ ਕੀਤਾ ਹੈ ਦੇਖੋ ਜੇ ਕੋਈ ਪੰਜਾਬ ਦੇ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਫਿਊਚਰ ਦੇ ਵਿੱਚ ਕੋਈ ਸੁਪਨਾ ਵੀ ਲਾਊਗਾ ਅਸੀਂ ਸਖਤ ਕਦਮ ਚੁੱਕਾਂਗੇ ਕਿਉਂਕਿ ਪੰਜਾਬ ਅਮਨ ਤੇ ਸ਼ਾਂਤੀ ਪਸੰਦ ਲੋਕਾਂ ਦਾ ਜਿਹੜਾ ਸੂਬਾ ਹੈ ਤੇ ਸਾਡੇ ਸੋਸ਼ਲ ਭਾਈਚਾਰੇ ਤੇ ਪਹਿਲਾਂ ਵੀ ਕਈ ਵਾਰੀ ਅਟੈਕ ਹੋਏ ਨੇ ਪਰ ਪੰਜਾਬ ਦੀ ਜਿਹੜੀ ਸੋਸ਼ਲ ਬੌਂਡਿੰਗ ਹੈ ਉਹ ਬਹੁਤ ਸਟਰੋਂਗ ਹੈ ਇਸ ਕਰਕੇ ਕਾਨੂੰਨ ਮੁਤਾਬਕ ਜੋ ਵੀ ਜਿਹੜੇ ਐਕਸ਼ਨ ਲੈ ਜਾਣਗੇ ਤੇ ਨਾ ਕੋਈ ਏਦਾਂ ਦੀ ਕੋਈ ਲੀਕੇਜ ਜਾਂ ਕੋਈ ਪਹਿਲਾਂ ਪਲਾਨ ਕਰ ਲਿਆ ਜਾਂ ਕੋਈ ਆਪਰੇਸ਼ਨ ਕਰਨਾ ਸੀ ਸੋ ਇੱਕ ਪਾਸੇ ਜਿੱਥੇ ਅਕਾਲ ਤਖਤ ਸੈਵਿਕ ਹੈ ਵੱਡਾ ਇਕੱਠ ਹੋਇਆ ਹੈ ਉਸ ਤੋਂ ਪਹਿਲਾਂ ਹੀ ਦਲ ਖਾਲਸਾ ਜਥੇਬੰਦੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ ਦਲ ਖਾਲਸਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਬੁਲਾਈ ਪੰਥਕ 71 ਤਾ ਤੋਂ ਪਹਿਲਾਂ ਇੱਕ ਚਿੱਠੀ ਜਾਰੀ ਕਰਕੇ ਕਈ ਸਵਾਲ ਖੜੇ ਕੀਤੇ ਜਥੇਦਾਰ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਆਤਮ ਸਮਰਪਣ ਦੀ ਦਿੱਤੀ ਨਸੀਹਤ ਤੇ ਸਵਾਲ ਚੁੱਕਦਿਆਂ ਦਲ ਖਾਲਸਾ ਨੇ ਇਸ ਦੇ ਇਤਰਾਜ਼ ਪ੍ਰਗਟਾਇਤ ਲਿਖਿਆ ਕਿ ਲੰਗੇ ਦਿਨੀ ਆਪ ਜੀ ਵੱਲੋਂ ਅੰਮ੍ਰਿਤ ਤਮ ਸਮਰਪਣ ਦੀ ਕੀਤੀ ਨਸੀਹਤ ਜਥੇਦਾਰ ਦੀ ਪਦਵੀ ਦੇ ਅਨੁਕੂਲ ਨਹੀਂ ਹੈ ਸਿੱਖ ਦ੍ਰਿਸ਼ਟੀਕੋਣ ਤੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਇਹ ਸਰੂਕਾਰ ਨਹੀਂ ਹਨ ਆਪਜੀ ਦੇ ਅਧਿਕਾਰ ਖੇਤਰ ਤੇ ਕਾਰਜ ਖੇਤਰ ਦੇ ਵਿੱਚ ਮਰਿਆਦਾ ਰਵਾਇਤਾਂ ਅਤੇ ਸਿਧਾਂਤਾਂ ਦੀ ਪਹਿਰੇਦਾਰੀ ਆਉਂਦੀ ਹੈ ਨਾ ਕਿ ਕਾਨੂੰਨ ਵਿਵਸਥਾ ਦੀ ਸੋ ਇਹ ਜਿਹੜੀ ਤਿੱਖੀ ਚਿੱਠੀ ਦਲ ਖਾਲਸਾ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਸੱਦ ਗਈ ਕੱਤਰਤਾ ਦੇ ਵਿੱਚ ਭਾਵੇਂ ਕਿਸੇ ਵੀ ਸਿਆਸੀ ਲੀਡਰ ਨੂੰ ਸੱਦਾ ਨਹੀਂ ਭੇਜਿਆ ਗਿਆ ਪਰ ਅਕਾਲੀ ਦਲ ਨੇ ਅਕਾਲ ਤਖਤ ਸਾਹਿਬ ਦੇ ਹਰ ਫੈਸਲੇ ਨੂੰ ਮੰਨਣ ਦਾ ਐਲਾਨ ਕੀਤਾ ਤੇ ਕਿਹਾ ਕਿ ਇਸ ਵੇਲੇ ਸਾਰੇ ਪੰਜਾਬ ਨੂੰ ਇੱਕਜੁੱਟ ਹੋਣ ਦੀ ਲੋੜ ਹੈ ਲੋਕਾਂ ਦੀ ਲੋੜ ਹੈ ਉਥੇ ਲੀਗਲ ਹੈਲਪ ਕਰਾਂਗੇ ਬਾਕੀ ਇਹ ਜਨਤਾ ਦੀ ਕਚਹਿਰੀ ਦੇ ਵਿੱਚ ਐਸੀ ਇਸ਼ੂ ਨੂੰ ਲੈ ਕੇ ਜਾਣਾ ਉਹ ਸਾਡਾ ਕੰਮ ਹੈ ਅੱਜ ਕਾਲਤਕ ਸਾਬ ਦੇ ਉੱਤੇ ਵੀ ਮੀਟਿੰਗ ਹੋਈ ਹੈ ਉਹਨਾਂ ਕਾਲਤਕ ਸਾਬ ਵੀ ਜੋ ਫੈਸਲਾ ਕਰੇਗਾ ਉਹਦੇ ਨਾਲ ਵੀ ਅਸੀਂ ਕਿਉਂਕਿ ਸਾਡੀ ਡਿਊਟੀ ਹੈ ਜੋ ਉਹ ਹੁਕਮ ਸੁਣਾਉਣਗੇ ਉੱਥੇ ਵੀ ਅਸੀਂ ਡੱਟ ਕੇ ਪਹਰ ਦਿਆਂਗੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਪ੍ਰੈਸ ਕਾਨਫਰੰਸ ਕਰਦਿਆਂ ਅਕਾਲੀ ਦਲ ਨੇ ਪੰਜਾਬ ਸਰਕਾਰ ਤੇ ਵੱਡਾ ਇਲਜ਼ਾਮ ਲਾਇਆ ਕਿ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਦੇ ਲਈ ਸਰਕਾਰ ਨੇ ਲੋਕਾਂ ਦਾ ਧਿਆਨ ਦੂਜੇ ਪਾਸੇ ਲਾਉਣ ਖਾਤਰ ਇਹ ਸਾਰੀ ਸਾਜ਼ਿਸ਼ ਰਚੀ ਹੈ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਸ ਸਾਰੀ ਕਾਰਵਾਈ ਨੂੰ ਇੱਕ ਕੌਮੀ ਪੱਦਰ ਦੀ ਸਾਜ਼ਿਸ਼ ਘਰਾੜ ਦਿੱਤਾ ਤੇ ਕਿਹਾ ਕਿ ਇਸੇ ਲਈ ਹੀ ਇੰਟਰਨੈਟ ਬੰਦ ਕੀਤਾ ਗਿਆ ਸੀ ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਕੇਂਦਰ ਤੋਂ ਫੌਜੀ ਬਲ ਮੰਗਵਾ ਕੇ ਇੱਕ ਅਜਿਹਾ ਭਰਮ ਪੈਦਾ ਕਰ ਦਿੱਤਾ ਜਿਵੇਂ ਪਤਾ ਨਹੀਂ ਪੰਜਾਬ ਚ ਕੀ ਹੋ ਗਿਆ ਹੁੰਦਾ ਤੇ ਕਹਿੰਦੇ ਇਹਦੇ ਨਾਲ ਸਾਰੀ ਦੁਨੀਆ ਦੇ ਵਿੱਚ ਪੰਜਾਬ ਦੀ ਜਿਹੜੀ ਕੌਮੀ ਅਤੇ ਕਮਾਂਤਰੀ ਪੱਧਰ ਤੇ ਚੰਗੀ ਖਾਸੀ ਬਦਨਾਮੀ ਹੋ ਗਈ ਹੈ ਜਿਵੇਂ ਨੇ ਦਾਵਾ ਕੀਤਾ ਕਿ ਸਰਕਾਰ ਨੇ ਜੇਲ੍ਹ ਦੇ ਵਿੱਚ ਹੋਏ ਗੈਂਗਸਟਰ ਦੇ ਇੰਟਰਵਿਊ ਤੇ ਹੋਰ ਕਈ ਗੰਭੀਰ ਮਸਲਿਆਂ ਤੋਂ ਆਮ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਇਹ ਸਾਜ਼ਿਸ਼ ਰਚੀ ਹੈ ਪਰ ਮੈਨੂੰ ਅਫਸੋਸ ਹੈ ਕਿ ਜੋ ਕੁਝ ਨਿਕਲਿਆ ਕਿਉਂਕਿ ਇੱਕ ਨੈਸ਼ਨਲ ਪੱਧਰ ਦੇ ਉੱਤੇ ਇੰਨਾ ਵੱਡਾ ਛੜਯੰਤਰ ਰਚਿਆ ਗਿਆ ਸੀ ਇੰਟਰਨੈਟ ਬੰਦ ਕਰਕੇ ਪੈਰਾ ਮਿਲਟਰੀ ਫੋਰਸਾਂ ਲਗਾ ਕੇ ਚੱਪੇ-ਚੱਪੇ ਤੇ ਪੁਲਿਸ ਲਗਾ ਕੇ ਔਰ ਬੜਾ ਵੱਡਾ ਇੱਕ ਦੇਸ਼ ਦੇ ਵਿੱਚ ਇਮਪ੍ਰੈਸ਼ਨ ਕ੍ਰੀਏਟ ਕੀਤਾ ਸੀ ਕਿ ਪਤਾ ਨਹੀਂ ਪੰਜਾਬ ਦੇ ਵਿੱਚ ਕੀ ਹੋ ਗਿਆ ਸਾਰੀ ਦੁਨੀਆ ਨੂੰ ਵਹਿਮ ਪੈ ਗਿਆ ਸਾਰੀ ਦੁਨੀਆ ਦੇ ਵਿੱਚ ਪੰਜਾਬ ਦੀ ਬਦਨਾਮੀ ਹੋ ਗਈ ਸੇ ਕੰਮ ਦੀ ਬਦਨਾਮੀ ਹੋ ਗਈ। ਅਕਾਲੀ ਦਲ ਨੇ ਦਾਵਾ ਕੀਤਾ ਕਿ ਪਾਰਟੀ ਦੇ ਲੀਗਲ ਸੈੱਲ ਨੇ ਗ੍ਰਿਫਤਾਰ ਕੀਤੇ ਕਈ ਨੌਜਵਾਨਾਂ ਦੀ ਰਿਹਾਈ ਕਰਵਾਈ ਹੈ। ਨਾਲ ਹੀ ਸਾਰੇ ਬੇਦੋਸ਼ੇ ਨੌਜਵਾਨਾਂ ਦੇ ਖਿਲਾਫ ਪਾਏ ਕੇਸ ਵਾਪਸ ਲੈਣ ਦੀ ਵੀ ਅਕਾਲੀ ਦਲ ਨੇ ਸਰਕਾਰ ਤੋਂ ਮੰਗ ਕੀਤੀ ਹੈ। ਤੇ ਜਿਹੜੇ 40 ਨੌਜਵਾਨਾਂ ਦੇ ਖਿਲਾਫ ਗੰਭੀਰ ਤਰਾਮਾਂ ਤਹਿਤ ਕੇਸ ਦਰਜ ਕੀਤੇ ਗਏ ਨੇ ਉਹ ਜਾਣਕਾਰੀ ਵੀ ਪੁਲਿਸ ਨੂੰ ਜਨਤਕ ਕੀਤੇ ਜਾਣ ਦੀ ਮੰਗ ਕੀਤੀ ਹੈ। ਡਾਕਟਰ ਚੀਮਾ ਨੇ ਸਵਾਲ ਕੀਤਾ ਕਿ 1999 ਤੋਂ ਲੈ ਕੇ ਹੁਣ 34 ਸਾਲਾਂ ਬਾਅਦ 8 ਨੌਜਵਾਨਾਂ ਤੇ ਐਨਐਸ ਲਾਇਆ ਗਿਆ ਇਸ ਬਾਰੇ ਵੀ ਪੰਜਾਬ ਸਰਕਾਰ ਸਪਸ਼ਟੀਕਰਨ ਦੇਵੇ ਕਿ ਇਹਨਾਂ ਨੇ ਅਜਿਹਾ ਕਿਹੜਾ ਗੰਭੀਰ ਅਪਰਾਧ ਕੀਤਾ ਸੀ ਜਿਹੜਾ ਇਹਨਾਂ ਨੌਜਵਾਨਾਂ ਤੇ ਇਸ ਸਖਤ ਕਾਨੂੰਨ ਸਰਕਾਰ ਨੂੰ ਲਾਉਣਾ ਪਿਆ ਤੇ ਫਿਰ ਬਾਕੀ ਜਿਹੜੇ 156 ਨੇ ਉਹ ਹੁਣ ਸਰਕਾਰ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਭੇਜ ਦੇਣੇ ਚਾਹੀਦੇ ਆ ਬਿਨਾ ਕਿਸੇ ਦੇਰੀ ਤੋਂ ਕਿਉਂਕਿ ਤੁਸੀਂ ਆਪ ਹੀ ਮੰਨੀ ਜਾਂਦੇ ਹੋ ਇਹ ਕੇ ਹੈ ਕਿ 1999 ਤੋਂ ਬਾਅਦ 34 ਸਾਲਾਂ ਬਾਅਦ ਪਹਿਲੀ ਵਾਰੀ ਪੰਜਾਬ ਦੇ ਵਿੱਚ ਸੱਤ ਨੌਜਵਾਨਾਂ ਤੇ ਪਹਿਲਾ ਐਨਐਸਏ ਲੱਗਿਆ ਸੀ ਇੱਕ ਤੇ ਅੱਜ ਲੱਗਿਆ 1999 ਦੇ ਵਿੱਚ ਉਸ ਤੋਂ ਬਾਅਦ ਪੰਜਾਬ ਚ ਐਨਐਸਏ ਨਹੀਂ ਲੱਗਿਆ 34 ਸਾਲ ਹੋ ਗਏ ਸੱਤ ਨੌਜਵਾਨਾਂ ਤੇ ਪਹਿਲਾ ਲੱਗਿਆ ਸੀ ਤੇ ਇੱਕ ਤੇ ਅੱਜ ਹੁਣ ਲੱਗਿਆ ਤੇ ਐਨਐਸਏ ਲਾਇਆ ਤੁਸੀਂ ਤੇ ਘਟੋ ਘਟੇ ਤਾਂ ਦੱਸ ਦਿਓ ਵੀ ਉਹਨਾਂ ਦੇ ਖਿਲਾਫ ਲੱਭਿਆ ਕੀ ਹੈ ਕਿਉਂਕਿ ਹੁਣ ਤੱਕ ਜਿਹੜੀਆਂ ਪ੍ਰਾਪਤੀਆਂ ਨੇ ਤੁਹਾਡੀਆਂ ਡਾਕਟਰ ਚੀਮਾ ਨੇ মিডিਆ ਤੇ ਕੀਤੇ ਜਾ ਰਹੇ ਹਮਲਿਆਂ ਦੇ ਵੀ ਨਿਖੇਦੀ ਕਰਦਿਆਂ ਕਿਹਾ ਕਿ ਪੱਤਰਕਾਰਾਂ ਦੇ ਚੈਨਲ ਬੰਦ ਕਰਕੇ ਤੇ ਉਹਨਾਂ ਦੀ ਆਵਾਜ਼ ਦਬਾਉਣ ਤੇ ਡਰਾਉਣ ਲਈ ਉਹਨਾਂ ਦੇ ਘਰਾਂ ਵਿੱਚ ਪੁਲਿਸ ਰੇਡਾਂ ਵਰਗੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਅਜਿਹਾ ਕੁਝ ਤਾਂ ਕਦੇ ਐਮਰਜੈਂਸੀ ਵੇਲੇ ਵੀ ਨਹੀਂ ਹੋਇਆ ਸੀ ਇਸੇ ਤਰ੍ਹਾਂ ਜੰਗੇ ਆਜ਼ਾਦੀ ਦਾ ਬਹਾਨਾ ਬਣਾ ਕੇ ਤੇ ਸ਼ਹੀਦਾਂ ਦਾ ਜਿਹੜਾ અપਮਾਨ ਕੀਤਾ ਗਿਆ ਤੇ ਹੁਣ ਕਿੰਨੇ ਯੂਟਿਊਬ ਚੈਨਲ ਕਿੰਨੇ ਫੇਸਬੁਕ ਪੇजेस ਕਈਆਂ ਦੇ ਟਵਿੱਟਰ ਹੈਂਡਲ ਇਹ ਦੇਸ਼ 'ਚ ਐਮਰਜੈਂਸੀ ਨਾਲੋਂ ਵੀ ਮਾਰੇ ਜਿਹੜੇ ਹਾਲਾਤ ਆ ਉਹ ਇਹ ਸਰਕਾਰ ਨੇ ਪੈਦਾ ਕਰ ਦਿੱਤੇ ਅੱਜ ਤੱਕ ਮੇਰੇ ਖਿਆਲ ਇਦਾਂ ਉਦੋਂ ਵੀ ਨਹੀਂ ਹੋਇਆ ਹੋਣਾ ਕਿ ਸਿੱਧਾ ਜਿਹੜੇ ਕੋਈ ਚੈਨਲ ਚਲਾਉਂਦਾ ਹੈ ਕੋਈ ਪੇਜ ਚਲਾਉਂਦਾ ਉਹਦੇ ਘਰ ਪੁਲਿਸ ਰੇਡ ਕਰਦੀ ਹੋਵੇ ਪਹਿਲਾਂ ਚੈਨਲ ਬੰਦ ਕੀਤੇ ਉਹਨਾਂ ਦੇ ਉਹਨਾਂ ਦੇ ਪੇਜ ਹਟਾਏ ਫਿਰ ਉਹਨਾਂ ਨੂੰ ਦਬਾਉਣ ਵਾਸਤੇ ਉਹਨਾਂ ਦੇ ਘਰੇ ਪੁਲਿਸ ਭੇਜੀ ਗਈ ਤੇ ਤੇਰੇ ਤੇ ਪਰਚਾ ਕਰਾਂਗੇ ਜੇ ਤੂੰ ਕਿਸੇ ਤਰ੍ਹਾਂ ਵੀ ਕਿਸੇ ਗੱਲ ਦੇ ਖਿਲਾਫ ਚੜੀਆ ਆਵਾਜ਼ ਉਠਾਈ ਇਸ ਮੌਕੇ ਅਕਾਲੀ ਦਲ ਦੇ ਨੌਜਵਾਨ ਲੀਡਰ ਅਰਸ਼ਦੀਪ ਸਿੰਘ ਕਲੇਰ ਵੀ ਮੌਜੂਦ ਸਨ ਪੀਸੀ ਵਿੱਚ ਉਹਨਾਂ ਨੇ ਦੱਸਿਆ ਕਿ ਲੀਗਲ ਵਿੰਗ ਜਿਹੜਾ ਅਕਾਲੀ ਦਲ ਦਾ ਹੈ ਉਸ ਦੀ 14 ਮੈਂਬਰੀ ਟੀਮ ਤੱਕ 122 ਜਣਿਆਂ ਨੇ ਪਹੁੰਚ ਕੀਤੀ ਹੈ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਵਿੱਚ ਕਈ ਤਾਂ ਕਹਿੰਦੇ 20-20 ਸਾਲ ਦੇ ਵਿਦਿਆਰਥੀ ਨੇ ਜਿਨ੍ਹਾਂ ਤੇ 751 ਵਰਗੇ ਕੇਸ ਪਾਏ ਗਏ ਨੇ ਕਈ ਵਿਦਿਆਰਥੀਆਂ ਦੇ ਤਾਂ ਪੇਪਰ ਤੱਕ ਨਹੀਂ ਦੇਣ ਦਿੱਤੇ ਗਏ ਜਿਨ੍ਹਾਂ ਵਿਦਿਆਰਥੀਆਂ ਨੇ ਸਿਰਫ ਅਮਰਿਤਪਾਲ ਸਿੰਘ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਜਾਂ ਫਿਰ ਉਹਨਾਂ ਦੇ ਦੀਵਾਨ ਦੇ ਵਿੱਚ ਗਏ ਸਨ ਸਮਾਗਮ ਦੇ ਵਿੱਚ ਗਏ ਸਨ ਉਹਨਾਂ ਨੂੰ ਜੇਲ੍ਹ ਚ ਬੰਦ ਕਰ ਦਿੱਤਾ ਗਿਆ ਹੈ ਤੇ ਖੰਨਾ ਪੁਲਿਸ ਨੇ ਕਹਿੰਦੇ ਜੋ ਪ੍ਰੈਸ ਕਾਨਫਰੰਸ ਕਰਕੇ ਸਬੂਤ ਵਜੋਂ ਖਾਲਿਸਤਾਨ ਦਾ ਝੰਡਾ ਕਹਿ ਕੇ ਪੇਸ਼ ਕੀਤਾ ਸੀ ਉਹ ਤਾਂ ਕਹਿੰਦੇ ਖਾਲਸਾ ਰਾਜ ਵੇਲੇ ਦਾ ਯਾਨੀ ਕਿ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਜਦੋਂ ਰਾਜ ਹੁੰਦਾ ਸੀ ਉਸ ਵੇਲੇ ਦਾ ਝੰਡਾ ਹੈ ਤੇ ਉਹਦੇ ਨਕਸ਼ੇ ਵਿੱਚ ਦਰਸਾਈਆਂ ਗਈਆਂ ਰਿਆਸਤਾਂ ਵੀ ਉਸ ਵੇਲੇ ਦੀਆਂ ਨੇ ਕਿ ਇਸ ਤਰੀਕੇ ਦੇ ਨਾਲ ਕਿਉਂ ਸਾਡੀਆਂ ਸੰਸਥਾਵਾਂ ਦੇ ਨਾਲ ਕਿਉਂ ਸਾਡੇ ਵਿਚਾਰਾਂ ਦੇ ਨਾਲ ਭਗਵੰਤ ਮਾਨ ਸਰਕਾਰ ਖੇਡ ਰਹੀ ਹੈ ਔਰ ਪਹਿਲਾਂ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਜਿੰਨੇ ਵੀਰੇ ਸੀਨੀਅਰ ਪੱਤਰਕਾਰ ਨੇ ਜਰਨਲਿਸਟ ਨੇ ਉਹ ਸਾਰੇ ਇਸ ਗੱਲ ਨੂੰ ਜਾਣਦੇ ਨੇ ਕਿ ਜੋ ਝੰਡੇ ਦਿਖਾਏ ਗਏ ਸੀ ਉਹ ਝੰਡੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦਾ 플ੈਗ ਸੀ ਜਿਹੜੀਆਂ ਸਟੇਟਾਂ ਦਾ ਜ਼ਿਕਰ ਕੀਤਾ ਗਿਆ ਉਹ ਜੀਂਦ ਸਟੇਟ ਪਟਿਆਲਾ ਸਟੇਟ ਫਰੀਦਕੋਟ ਸਟੇਟ ਉਹ ਸਾਡੀ ਸਿੱਖ ਇਤਿਹਾਸ ਹੈ ਉਹਨੂੰ ਵੀ ਤੁਸੀਂ ਗਲਤ ਤਰੀਕੇ ਦੇ ਨਾਲ ਪੇਂਟ ਕਰਕੇ ਲੋਕਾਂ 'ਚ ਰੱਖਣਾ ਚਾਹੁੰਦੇ ਹੋ ਔਰ ਦਿਖਾਉਣਾ ਚਾਹੁੰਦੇ ਹੋ ਕਿ ਐਂਟੀ ਨੈਸ਼ਨਲ ਜਿੱਦਾਂ ਕੋਈ ਚੀਜ਼ ਹੈ ਉਹ ਤਾਂ ਸਾਰਾ ਪਾਰਟ ਆਫ ਰਿਕਾਰਡ ਹੈ ਉਹ ਕਿਹੜੀ ਅਸੀ ਚੀਜ਼ ਹੈ ਜਿਹੜੀ ਸਾਡੀ ਕਿਤਾਬਾਂ ਦੇ ਵਿੱਚ ਮੌਜੂਦ ਨਹੀਂ ਸਾਡੀ ਲਾਇਬ੍ਰੇਰੀਆਂ ਦੇ ਵਿੱਚ ਮੌਜੂਦ ਨਹੀਂ ਸੋ ਉਹਨੂੰ ਵੀ ਤੁਸੀਂ ਇਸ ਤਰੀਕੇ ਨਾਲ ਦਿਖਾਓਗੇ ਕਿ ਪੰਜਾਬ ਦੇ ਵਿੱਚ ਪਤਾ ਨਹੀਂ ਕੀ ਹੋ ਰਿਹਾ ਹੈ ਉਧਰ ਪੁਲਿਸ ਦੀ ਕਾਰਵਾਈ ਲਗਾਤਾਰ ਚੱਲ ਰਹੀ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਖਿਲਾਫ ਇਹ ਕਾਰਵਾਈ 18 ਮਾਰਚ ਨੂੰ ਸ਼ੁਰੂ ਹੋਈ ਸੀ ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸੋਮਵਾਰ ਨੂੰ ਅਮਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਪਛਾਣ ਵਰਿੰਦਰ ਸਿੰਘ ਜੋਲ ਵਜੋਂ ਹੋਈ ਹੈ ਜਿਸ ਨੂੰ ਫੌਜੀ ਫੌਜੀ ਕਰਕੇ ਜਾਣਿਆ ਜਾਂਦਾ ਸੀ ਇਹ ਤਰਨਤਾਰਨ ਦਾ ਰਹਿਣ ਵਾਲਾ ਹੈ ਪੁਲਿਸ ਨੇ ਇਸ ਨੂੰ ਵੀ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਭੇਜ ਦਿੱਤਾ ਹੈ ਤੇ ਇਹਦੇ ਖਿਲਾਫ ਵੀ ਐਨਐਸਏ ਤਹਿਤ ਕਾਰਵਾਈ ਕੀਤੀ ਗਈ ਹੈ ਜਾਨੀ ਕਿ ਭਾਰਤ ਦੇ ਸਭ ਤੋਂ ਸਖਤ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਇਹ ਫੌਜੀ ਹੈ ਜਿਹੜਾ ਉਹ ਥਲ ਸੈਨਾ ਦੇ ਵਿੱਚੋਂ ਸੇਵਾਮੁਕਤ ਹੈ ਤੇ ਅਮਰਿਤਪਾਲ ਦਾ ਅੰਗ ਰੱਖਿਆਕ ਸੀ ਹਮੇਸ਼ਾ ਜਦੋਂ ਵੀ ਤੁਸੀਂ ਅਮਰਿਤਪਾਲ ਦੀਆਂ ਤਸਵੀਰਾਂ ਦੇਖੋਗੇ ਪੁਰਾਣੀਆਂ ਵੀਡੀਓਜ਼ ਦੇਖੋਗੇ ਹਮੇਸ਼ਾ ਤੁਹਾਨੂੰ ਇੱਕ ਨੌਜਵਾਨ ਦਿਖਾਈ ਦੇਵੇਗਾ ਬੂਰਾ ਰੂਪਦਾਰ ਜਿਹੜਾ ਨੌਜਵਾਨ ਹੈ ਤੇ ਇਹ ਅਸਲ ਦੇ ਵਿੱਚ ਵੀ ਸਾਬਕਾ ਫੌਜੀ ਹੈ ਇਦੇ ਕੋਲ ਜੰਮੂ ਕਸ਼ਮੀਰ ਤੋਂ ਜਾਰੀ ਹਥਿਆਰਾਂ ਦਾ ਲਾਇਸੈਂਸ ਵੀ ਸੀ ਜੋ 23 ਫਰਵਰੀ ਨੂੰ ਅਜਨਾਲਾ ਚੜ੍ਹ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ ਤੇ ਪੁਲਿਸ ਦੀ ਜਾਣਕਾਰੀ ਦੇ ਮੁਤਾਬਿਕ ਅਮਰਿਤਪਾਲ ਦੇ ਨਾਲ ਜਿਹੜੇ 10 ਨੌਜਵਾਨ ਹਮੇਸ਼ਾ ਅਸਲੇ ਦੇ ਨਾਲ ਲੈਸ ਰਹਿੰਦੇ ਸਨ ਉਹਨਾਂ ਦੇ ਵਿੱਚੋਂ ਇੱਕ ਫੌਜੀ ਵੀ ਸੀ ਇਸੇ ਤਰ੍ਹਾਂ ਪੰਜਾਬ ਪੁਲਿਸ ਨੇ ਐਤਵਾਰ ਨੂੰ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਤੋਂ ਬਲਵੰਤ ਸਿੰਘ ਨਾਮ ਦੇ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਬਲਵੰਤ ਸਿੰਘ ਤੇ ਅਮਰਿਤਪਾਲ ਸਿੰਘ ਦੇ ਕਰੀਬੀ ਸਾਥੀ ਤੇਜਿੰਦਰ ਸਿੰਘ ਗਿੱਲ ਨੂੰ ਸ਼ਰਨ ਦੇਣ ਦਾ ਦੋਸ਼ ਖੰਨਾ ਪੁਲਿਸ ਨੇ ਦੱਸਿਆ ਕਿ ਅਮਰਿਤਪਾਲ ਸਿੰਘ ਦੇ ਕਰੀਬੀ ਤੇਜਿੰਦਰ ਗੈਲ ਨੂੰ ਪਨਾਹ ਦੇਣ ਵਾਲੇ ਬਲਵੰਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦਰਮਿਆਨ ਮੀਡੀਆ ਦੇ ਵਿੱਚ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੂੰ 셀ਫੀ ਕਿਹਾ ਜਾਂਦਾ ਹੈ। ਇਸ 셀ਫੀ ਦੇ ਵਿੱਚ ਦਿਖਾਈ ਦੇਣ ਵਾਲੇ ਨੌਜਵਾਨ ਪਪਲਪ੍ਰੀਤ ਸਿੰਘ ਅਤੇ ਅਮਰਿਤਪਾਲ ਸਿੰਘ ਹੀ ਹਨ। ਹਾਲਾਂਕਿ ਅਸੀਂ ਇਸ ਤਸਵੀਰ ਦੀ ਇਸ 셀ਫੀ ਫੋਟੋ ਦੀ ਕੋਈ ਪੁਸ਼ਟੀ ਨਹੀਂ ਕਰਦੇ ਪਰ ਮੀਡੀਆ ਧੜਾ ਧੜ ਇਸ ਫੋਟੋ ਦੇ ਉੱਤੇ ਕਈ-ਕਈ ਘੰਟੇ ਲਗਾਤਾਰ ਲਾਈਵ ਕਰ ਰਿਹਾ ਹੈ। ਦਾਵਾ ਕੀਤਾ ਜਾ ਰਿਹਾ ਹੈ ਕਿ ਪਪਲਪ੍ਰੀਤ ਸਿੰਘ ਅਤੇ ਅਮਰਿਤਪਾਲ ਸਿੰਘ ਜਿਹੜੇ ਕਿ ਪੁਲਿਸ ਦੀ ਗ੍ਰਫਤ ਤੋਂ ਫਰਾਰ ਦੱਸੇ ਜਾ ਰਹੇ ਨੇ ਪੁਲਿਸ ਦੇ ਵੱਲੋਂ ਉਹਨਾਂ ਦੀ ਇਹ ਸੈਲਫੀ ਹੈ ਤੇ ਉਹ ਕਿਸੇ ਨੇਪਾਲ ਵਰਗੇ ਬਾਰਡਰ ਤੋਂ ਉਹਨਾਂ ਨੇ ਇਹ ਤਸਵੀਰ ਹੈ ਜਿਹੜੀ ਉਹ ਲਈ ਹੋਈ ਹੈ ਤੇ ਦੋਵਾਂ ਜਣੇ ਦੇ ਹੱਥ ਵਿੱਚ એનર્ਜੀ ਡਰਿੰਕ ਵਰਗੇ ਜਿਹੜੇ ਕੈਨ ਨੇ ਉਹ ਫੜੇ ਹੋਏ ਨੇ ਕਿੱਥੋਂ ਦੀ ਸੈਲਫੀ ਹੈ ਇਸ ਬਾਰੇ ਅਸੀਂ ਕੋਈ ਦਾਵਾ ਨਹੀਂ ਕਰ ਸਕਦੇ ਕਿਸ ਦੀ ਇਹ ਤਸਵੀਰ ਹੈ ਇਸ ਬਾਰੇ ਵੀ ਅਸੀਂ ਕੋਈ ਦਾਵਾ ਨਹੀਂ ਕਰ ਸਕਦੇ ਪੁਲਿਸ ਨੇ ਇਸ ਨੂੰ ਜਾਰੀ ਨਹੀਂ ਕੀਤਾ ਪਰ ਮੀਡੀਆ ਦੇ ਵਿੱਚ ਲਗਾਤਾਰ ਘੁੰਮ ਰਹੀ ਹੈ ਇੱਥੇ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਕੀ ਇਹ ਅਮਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਦੀ ਅਸਲੀ ਤਸਵੀਰ ਹੈ ਜੇ ਅਸਲੀ ਹੈ ਤਾਂ ਇਹ ਕਦੋਂ ਦੀ ਤਸਵੀਰ ਹੈ